ਜਿੰਨੇ ਵੀ ਨੇਕ ਆਦਮੀ ਨੇ ਸਮਝਦੇ ਨੇ, ਉਹ ਬਾਣਾ ਦੇਖ ਕੇ ਬਾਣੇ ਨੂੰ ਨਮਸਕਾਰ ਕਰਦੇ ਨੇ। ਬਾਅਦ 'ਚ ਚਾਹੇ ਬਾਣੇ ਵਾਲਿਆਂ ਦੇ ਵਿੱਚ ਜੋ ਕੁਛ ਹੁੰਦਾ ਉਹ ਬਾਅਦ 'ਚ ਪਤਾ ਲੱਗਦਾ ਉਹਨਾਂ ਨੂੰ। ਪਰ ਅੱਜ ਬਾਣਾ ਪਾ ਕੇ ਤੁਸੀਂ ਦੇਖਦੇ ਹੀ ਹੋ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠਣ ਲੱਗ ਗਏ। ਕਿਉਂ? ਉਹ ਅਧਿਕਾਰੀ ਨਹੀਂ ਸੀ ਅੰਮ੍ਰਿਤ ਦੇ, ਉਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ ਜੇ ਤੁਸੀਂ। ਉਹ ਲੋਕ ਅਧਿਕਾਰੀ ਨਹੀਂ ਸੀ ਇਹਦੇ ਜਿਹੜਾ ਅਸੀਂ ਉਹਨਾਂ ਨੂੰ ਦੇ ਦਿੱਤਾ ਨਾ ਰੁਤਬਾ ਸਮਾਜ ਵਿੱਚ, ਉਹਦੇ ਅਧਿਕਾਰੀ ਨਹੀਂ ਹੈ। ਉਹ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠਣ ਲੱਗ ਗਿਆ। ਹੁਣ ਅਸੀਂ ਰੌਲਾ ਪਾਉਂਦੇ ਹਾਂ ਉੱਥੇ, ਐਵੇਂ ਚੌੜੇ ਨਹੀਂ ਹੋ ਜਾਈਦਾ ਹੁੰਦਾ। ਮੈਂ 3 ਸਾਲ ਲਈ ਬਾਣਾ ਪਾਇਆ, ਡਰਦੇ ਨੇ ਬਾਣਾ ਪਾਉਣਾ, ਕੋਈ ਮਜ਼ਾਕ ਨਹੀਂ ਹੈਗਾ। ਪੌੜ ਲੈਣੀ ਕੋਈ ਮਜ਼ਾਕ ਨਹੀਂ ਹੈ, ਅੱਗੇ ਦਿੰਦੇ ਨਹੀਂ ਸੀ 5-5 ਸਾਲ ਪੌੜ। ਕਿਉਂ? ਕੜਾ ਪ੍ਰਸ਼ਾਦ ਹੈ ਹੁਣ ਆਪਾਂ ਇੱਥੇ ਵਰਤਾ ਲਾਉਣਾ, ਠੀਕ ਹੈ ਨਾ। ਥੱਲੇ ਵੀ ਕਣਕਾਂ ਗਰਜਾ ਆਪਾਂ ਚੱਕ ਕੇ ਮੂੰਹ 'ਚ ਪਾਉਂਦੇ, ਉਹਨੇ ਪਰ ਨਹੀਂ ਪਾਉਂਦੇ ਕੜਾ ਪ੍ਰਸ਼ਾਦ। ਕੀ ਅਸੀਂ ਕੜਾ ਪ੍ਰਸ਼ਾਦ ਨੂੰ ਉੱਥੇ ਡਸਟਬਿਨ ਸੁੱਟ ਦਾਂਗੇ ਜਾ ਕੇ? ਕੋਈ ਸੁੱਟ ਦੋ। ਅੰਮ੍ਰਿਤ ਛਕਾਉਣਾ ਜਿਹਦਾ ਹਿਰਦਾ ਸ਼ੁੱਧ ਨਹੀਂ, ਕੜਾ ਪ੍ਰਸ਼ਾਦ ਡਸਟਬਿਨ ਸੁੱਟਣ ਦੇ ਬਰਾਬਰ ਹੈ। ਐਵੇਂ ਲਿਆ ਲਿਆ ਉਹੀ ਅੰਮ੍ਰਿਤ ਛਕਾਈ ਜਾਂਦੇ ਪਾ, ਅਪਰਾਧ ਹੈ। ਤੁਸੀਂ ਕਦਰ ਕੀ ਹੈ ਉਹਦੀ ਅੰਮ੍ਰਿਤ ਦੀ? ਘੱਟ ਭਾਂਡਾ ਦਾ ਦੇਖ ਲਓ, ਸਾਫ਼ ਹੈ ਕਿ ਨਹੀਂ ਸਾਫ਼। ਸੱਚਾ ਸੁੱਚਾ ਹੋਵੇ, ਹਿਰਦਾ ਦਾ ਸੱਚਾ ਹੈ ਨਹੀਂ। ਤੁਸੀਂ ਚੱਕ ਕੇ ਉਹਨੂੰ ਅੰਮ੍ਰਿਤ ਛਕਾ ਦਿੱਤਾ, ਉਹਦਾ ਕਾਰੋਬਾਰ ਖੋਲ੍ਹਤਾ ਤੁਸੀਂ, ਉਹਦਾ ਭਰਮ ਪੈਦਾ ਕਰਤਾ। ਇਹ ਕੁਛ ਹੋਇਆ ਹੋਇਆ ਪਿਛਲੇ ਜਿਹੜਾ ਸਿੰਘ ਸੀ ਉਹਨਾਂ ਦੀ ਸ਼ਕਤੀਆਂ ਸੀ, ਉਹਨਾਂ ਨੂੰ ਪਤਾ ਸੀ ਕੀ ਗੱਲ ਹੈ, ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ ਨਾ ਅਸੀਂ ਕਦੇ ਲੋੜ ਸਮਝੀਏ ਪਤਾ ਨਹੀਂ। ਉਹ ਸ਼ਕਤੀ ਕਿੱਥੇ ਗਈ ਸਾਡੀ? ਸ਼ਕਤੀ ਸੱਚ ਦੀ ਹੈ,